ਕਿਚਨ ਗਾਰਡਨਿੰਗ ਦੇ ਵਿੱਚ ਦੇਖੀਏ ਕੀ ਕੁਝ ਲੱਗਾ ਹੋਇਆ ਤੇ ਆਪਾਂ ਕੀ ਵਰਤਣਾ। ਇਹ ਨੇ ਪਿਆਜ਼, ਮੈਨੂੰ ਪਿਆਜ਼ ਨਹੀਂ ਚਾਹੀਦੇ, ਪਿਆਜ਼ ਹੈਗੇ ਨੇ ਮੇਰੇ ਕੋਲ ਚਿੱਟੇ ਲਾਲ ਦੋਨੋਂ, ਤੇ ਆਪਾਂ ਨਾ ਇਹਦੀਆਂ ਭੁੱਕਾਂ ਵਰਤਾਂਗੇ ਤੇ ਬਣਾਵਾਂਗੇ ਇੱਕ ਬਹੁਤ ਮਜ਼ੇਦਾਰ ਵਾਲੀ ਚੀਜ਼, ਦਿਖਾਵਾਂਗੀ ਤੁਹਾਨੂੰ ਅੰਦਰ ਜਾ ਕੇ। ਫਿਰ ਮੈਨੂੰ ਇਹ ਮੂਲੀ ਦੇ ਪੱਤੇ ਹੀ ਚਾਹੀਦੇ ਹੁੰਦੇ ਨੇ ਜਿੱਦਾਂ, ਤੇ ਬਾਕੀ ਅੱਜ ਕੱਲ੍ਹ ਮੇਥੀ ਪਾਲਕ ਤਾਂ ਖਤਮ ਹੋ ਰਹੀ ਹੈ, ਕਿੰਨੇ ਅੱਛੇ ਆ ਜਿਹੜੇ ਪਿਆਜ਼ਾਂ ਦੇ ਨਾਲ ਭੁੱਕਾਂ ਦੀਆਂ ਉਹ ਸਗੋਂ ਮੋਟੀਆਂ ਹੁੰਦੀਆਂ, ਇਹ ਬਹੁਤ ਮਜ਼ੇਦਾਰ ਹੁੰਦੀਆਂ। ਚਲੋ ਧਨੀਆ ਪੁਦੀਨਾ ਲੈ ਕੇ ਚੱਲਦੇ ਹਾਂ, ਕੁਝ ਬਣਾਉਂਦੇ ਹਾਂ ਜੇ। ਧਨੀਆ ਇਹ ਹੈਗੇ ਨੇ ਲਸਣ ਦੇ ਭੁੱਕਾਂ, ਇਹ ਨੇ ਪਿਆਜ਼ ਦੀਆਂ ਭੁੱਕਾਂ, ਅਤੇ ਵੈਸੇ ਪੁਦੀਨਾ ਵੀ ਪਾ ਸਕਦੇ ਹਾਂ ਵਿੱਚ। ਇਹਨਾਂ ਨਾ ਅਸੀਂ ਬਹੁਤ ਮਹੀਨ ਬਰੀਕ ਜਿਹੜਾ ਉਹ ਕੱਟ ਲਾਂਗੇ। ਅਤੇ ਅੰਕਲ ਨੇ ਨਾ ਅੱਜ ਕੱਲ੍ਹ ਕਣਕ ਦੀ ਰੋਟੀ ਜੇ ਖਾਂਦੇ ਵੀ ਨੇ ਤਾਂ ਬਹੁਤ ਘੱਟ, ਮੈਂ ਕਿਹਾ ਚਲੋ ਅੱਜ ਤੁਹਾਨੂੰ ਚਾਵਲਾਂ ਦੀ ਰੋਟੀ ਖਵਾਉਂਦੇ ਹਾਂ, ਬਣਾ ਕੇ ਇਹ ਪਾ ਲਾਂਗੇ, ਵਿੱਚ ਮੂਲੀਆਂ ਪਾ ਲਾਂਗੇ, ਮੂਲੀਆਂ ਦੇ ਪੱਤੇ ਪਾ ਲਾਂਗੇ, ਬਹੁਤ ਕੁਝ ਪਾਵਾਂਗੇ ਅਤੇ ਬਣਾਵਾਂਗੇ ਰੋਟੀ। ਦੋ ਮੂਲੀਆਂ ਸਾਡੇ ਘਰ ਦੀਆਂ ਹੀ ਨੇ ਅਤੇ ਇਹਨਾਂ ਨੂੰ ਕੱਦੂਕਸ ਕਰ ਲੈਂਦੇ ਹਾਂ, ਅਤੇ ਉਹ ਪੱਤੇ ਸਾਰੇ ਕੱਟ ਲਏ, ਮੂਲੀਆਂ ਦੇ ਪੱਤੇ ਵੀ ਵਿੱਚ ਪਾਵਾਂਗੇ ਅਤੇ ਬਣਾਵਾਂਗੇ ਇੱਕ ਬਹੁਤ ਟੇਸਟੀ ਰੋਟੀ। ਘਾਸ ਫੂਸ ਸਾਰਾ ਅਸੀਂ ਵਿੱਚ ਪਾ ਲਿਆ, ਮੂਲੀਆਂ ਦੇ ਪੱਤੇ, ਪੁਦੀਨਾ, ਧਨੀਆ, ਲਸਣ ਦੀਆਂ ਭੁੱਕਾਂ, ਪਿਆਜ਼ ਦੀਆਂ ਭੁੱਕਾਂ, ਹਰ ਚੀਜ਼ ਅਸੀਂ ਇਹਦੇ ਵਿੱਚ ਪਾ ਛੱਡੀਏ। ਅਤੇ ਮੇਰਾ ਨਾ ਜੀ ਕੀਤਾ ਵੀ ਆਲੂ ਹੁਣੇ ਹੀ ਤਾਜ਼ਾ ਉਬਾਲਿਆ ਸੀ, ਇਹਨੂੰ ਵੀ ਜਿਹੜਾ ਨਾ ਇਹਦੇ ਵਿੱਚ ਪਾ ਦਿੰਦੇ ਹਾਂ। ਕਿ ਔਖੀ ਹੁੰਦੀ ਹੈ ਕਈ ਵਾਰੀ, ਮੈਨੂੰ ਪਹਿਚਾਣ ਨਹੀਂ ਆਉਂਦੀ ਵੀ ਮੈਂ ਕੀ ਰੱਖਿਆ ਸੀ, ਅਤੇ ਮੈਂ ਨਾ ਵਿੱਚ ਇਵੇਂ ਕੱਟ ਕੇ ਵਿੱਚ ਪਾ ਛੱਡਦੀ ਹੁੰਦੀ ਹਾਂ। ਆਹ ਵੇਖੋ ਇਹਦੇ 'ਚ ਲਿਖਿਆ ਹੋਇਆ ਰਾਈਸ, ਅਤੇ ਇਹਨੂੰ ਇਹਦੇ ਵਿੱਚ ਨਾ ਹੁਣ ਅਸੀਂ ਚਾਵਲਾਂ ਦਾ ਆਟਾ ਜਿਹੜਾ ਹੈ ਨਾ ਇਹ ਇਹਦੇ 'ਚ ਪਾ ਦੇਣਾ, ਪਾ ਕੇ ਅਤੇ ਇਹਦੇ 'ਚ ਅਸੀਂ ਪਾਵਾਂਗੇ, ਅਸੀਂ ਹਰੀ ਮਿਰਚ ਨਹੀਂ ਪਾਈ ਹੈ ਨਾ, ਹਰੀ ਮਿਰਚ ਵੀ ਪਾਉਣੀ ਹੈ, ਅਤੇ ਥੋੜ੍ਹੀ ਜਿਹੀ ਮੈਂ ਲਾਲ ਵੀ ਪਾਵਾਂਗੀ, ਮੇਰੀ ਮਿਰਚੀ, ਮੈਨੂੰ ਕੀ, ਮੈਨੂੰ ਚੰਗੀ ਲੱਗਦੀ ਹੈ। ਅਤੇ ਨਮਕ ਪਾ ਲਾਂਗੇ, ਅਤੇ ਜੀਰਾ ਪਾਊਡਰ ਪਾ ਲਾਂਗੇ, ਥੋੜ੍ਹੀ ਜਿਹੀ ਅਮਚੂਰ ਪਾਊਡਰ, ਗਰਮ ਮਸਾਲਾ, ਕੁਝ ਰਹਿਣ ਨਾ ਦਹੀਂ ਤ੍ਰਿਪਤਾ, ਕੁਝ ਛੱਡੀ ਕੋਈ ਨਾ, ਕਾਲੀ ਮਿਰਚ ਵੀ ਪਾਵਾਂਗੀ, ਅਤੇ ਸਾਰਾ ਕੁਝ ਪਾ ਕੇ ਅਤੇ ਇੱਕ ਆਟਾ ਗੁੰਨਾਂਗੇ। ਇਹ ਅਸੀਂ ਚਾਵਲਾਂ ਦੇ ਆਟੇ ਦੇ ਵਿੱਚ ਮੂਲੀਆਂ ਅਤੇ ਪੱਤੇ ਪੱਤੇ ਪਾ ਕੇ ਇੱਕ ਡੋ ਬਣਾ ਲਿਆ, ਅਤੇ ਇਹਨੂੰ 2 ਮਿੰਟ ਲਈ ਸਮਿਜਣ ਦਿਆਂਗੇ ਅਤੇ ਫਿਰ ਬਣਾਵਾਂਗੇ ਇਹਦੀਆਂ ਬਹੁਤ ਵਧੀਆ ਵਾਲੀਆਂ ਰੋਟੀਆਂ। ਮੇਰੇ ਕੋਲ ਨਾ ਇੱਕ ਕੁੜੀ ਲੱਗੀ ਹੋਈ ਸੀ ਜਿਹੜੀ ਕੰਮ ਕਰਦੀ ਸੀ, ਅਤੇ ਮੈਨੂੰ ਕਹਿੰਦੀ ਆਂਟੀ ਤੁਸੀਂ ਕਦੀ ਚਾਵਲ ਦੀ ਰੋਟੀ ਨਹੀਂ ਖਾਂਦੇ? ਮੈਂ ਕਿਹਾ ਹੈ ਚਾਵਲ ਦੀ ਨਾ, ਅਸ ਤਾਂ ਕਦੀ ਨਹੀਂ ਖਾਈ ਚਾਵਲ ਦੀ। ਕਹਿੰਦੀ ਤੁਸੀਂ ਚਾਵਲ ਦੀ ਰੋਟੀ ਖਾ ਕੇ ਦੇਖੋ ਕਿੱਡੀ ਟੇਸਟੀ ਹੁੰਦੀ ਹੈ। ਮੈਂ ਕਿਹਾ ਅੱਛਾ। ਫਿਰ ਮੈਂ ਜੀ ਕੋਸ਼ਿਸ਼ ਕੀਤੀ ਇੱਕ ਦਿਨ, ਚਾਵਲ ਦਾ ਆਟਾ ਹੀ ਨਹੀਂ ਸੀ ਮਿਲਦਾ ਹੁੰਦਾ ਉਦੋਂ, ਉਹ ਕਹਿੰਦੀ ਮੈਂ ਲਿਆ ਕੇ ਦਿਆਂ। ਮੈਂ ਕਿਹਾ ਨਹੀਂ ਚੱਲ ਮੈਂ ਚੱਕੀ 'ਤੇ ਜਾ ਕੇ ਲੈ ਕੇ ਆਵਾਂਗੀ। ਚੱਕੀ 'ਤੇ ਗਈ ਅਤੇ ਉੱਥੇ ਸੱਚੀ ਮੁੱਚੀ ਆਟਾ ਪਿਆ ਹੋਇਆ ਸੀਗਾ, ਮੈਂ ਲੈ ਆਈ, ਆ ਕੇ ਮੈਂ ਬਣਾਈਆਂ ਰੋਟੀਆਂ, ਆਏ ਹਾਏ ਇੰਨਾ ਸਵਾਦ ਆਇਆ। ਅਸੀਂ ਤਾਂ ਪੰਜਾਬੀ ਜਿਹੜੇ ਆ ਨਾ ਉਹ ਸਿਰਫ਼ ਇਸੇ ਗੱਲ 'ਤੇ ਹੁੰਦੇ ਹਾਂ ਵੀ ਕਣਕ ਦੀ ਖਾ ਲਈ, ਮੱਕੀ ਦੀ ਖਾ ਲਈ, ਜੌਂ ਦੀ ਖਾ ਲਈ, ਜਵਾਰ ਦੀ ਖਾ ਲਈ, ਚਾਵਲ ਦੀ ਤਾਂ ਆਪਾਂ ਸੋਚਦੇ ਵੀ ਨਹੀਂ ਹੈਗੇ। ਅਤੇ ਚਾਵਲ ਦੀ ਰੋਟੀ ਬਣਦੀ ਹੈ ਬਹੁਤ ਮਜ਼ੇਦਾਰ, ਇਹ ਇੱਦਾਂ ਦੀ ਹੁੰਦੀ ਜੇ ਚਾਵਲਾਂ ਦੀ ਰੋਟੀ, ਠੀਕ ਹੈ। ਚਾਵਲਾਂ ਦੀ ਰੋਟੀ ਵੈਸੇ ਅਸੀਂ ਮੈਂ ਪਹਿਲਾਂ ਪਕਾਉਂਦੀ ਸੀ ਗੋਭੀ ਵਾਲੀ, ਅੱਜ ਗੋਭੀ ਨਹੀਂ ਸੀ ਹੈਗੀ, ਮੈਂ ਆਪਾਂ ਮੂਲੀ ਵਾਲੀ ਪਕਾ ਲੈਂਦੇ, ਕਿੰਨਾ ਕੁ ਫਰਕ ਪੈਂਦਾ। ਮੂਲੀ ਵਾਲੀ ਰੋਟੀ ਹੋ ਗਈ ਹੈ ਤਿਆਰ, ਅਤੇ ਲਓ ਜੀ ਫਿਰ ਹੁਣ ਆਪਾਂ ਵੀ ਹਾਂ ਤਿਆਰ ਖਾਣ ਨੂੰ, ਚੱਲੀਏ। ਇਹ ਤੁਹਾਡੀ
ਵਧੀਆ, ਖੁਸ਼ਬੂ ਵੀ ਵਧੀਆ। ਪਤਾ ਕੀ ਹੈ, ਪਰਾਂਠੀ ਨਹੀਂ ਫੁਲਕਾ ਹੀ ਹੈ, ਪਰ ਉਹ ਹੈ ਜਿਹੜਾ ਹੁਣ ਤੁਸੀਂ ਉਹ ਛੱਡੀ ਹੋਈ ਕਣਕ ਦੀ, ਫਿਰ ਮੈਂ ਡਿਫਰੈਂਟ ਡਿਫਰੈਂਟ ਬਣਾ, ਇਹ ਜੇ ਚਾਵਲਾਂ ਦੀ, ਚਾਵਲਾਂ ਦੀ ਰੋਟੀ ਵਿੱਚ ਸਟਫਡ ਹੈ ਪਾ ਕੇ ਅਸੀਂ ਆਪਣਾ ਬਣਾਈ ਹੋਈ ਹੈ ਚੀਜ਼ਾਂ, ਘਰ ਦੀਆਂ ਮੂਲੀਆਂ, ਘਰ ਦੇ ਪੱਤੇ, ਘਰ ਦਾ ਲਸਣ, ਘਰ ਦਾ ਆਪਣਾ ਉਹ ਕੀ ਹੁੰਦੀ ਹੈ ਭੁੱਕਾ, ਉਹ ਪਾ ਕੇ ਬਣਾਈ ਹੈ ਤੇ ਦਹੀਂ ਅੱਜ ਹੈ ਨੀ ਜੀ, ਤੇ ਚਾਹ ਨਾਲ ਹੀ ਗੁਜ਼ਾਰਾ ਕਰੋ। ਕੋਈ ਨੀ, ਗੁਜ਼ਾਰਾ ਕਰ ਲਾਂਗੇ। ਤੇ ਆ ਜਿਹੜੀ ਹੈਗੀ ਨਾ ਚਟਨੀ ਵੀ ਮੋਟੀ ਮੋਟੀ, ਹੋਰ ਉਹ ਯਾਰ ਇੱਕ ਤਾਂ ਮੈਂ ਰੋਜ਼ ਜਿਹੜੀ ਇੱਕੋ ਗੱਲ ਹੀ ਰਿਪੀਟ ਕਰ, ਅੱਜ ਇੰਜ ਕਰਦੀ ਹਾਂ ਮੈਂ, ਪੁਦੀਨਾ ਦਿੰਦੀ ਹਾਂ, ਧਨੀਆ ਦਿੰਦੀ ਹਾਂ, ਪਿਆਜ਼ ਦਿੰਦੀ ਹਾਂ, ਅੱਜ ਰਗੜ ਕੇ ਦਿਖਾਓ ਮੋਟੀ, ਮੈਂ ਦਿੰਦੀ ਹਾਂ, ਹੁਣੇ ਲਿਆ ਕੇ ਦਿੰਦੀ ਹਾਂ। ਤੁਸੀਂ ਬੋਲੇ ਸੀ ਵੀ ਨਾ ਕੈਮਰੇ ਅੱਗੇ ਨੀ ਬੋਲਿਆ, ਕੈਮਰੇ ਅੱਗੇ ਹੀ ਬੋਲੇ ਸੀ ਤੇ ਮੈਂ ਕਿਹਾ ਸੀ ਕੋਈ ਨੀ ਮੈਂ ਨੀ ਬਣਾਈ, ਸੰਧਿਆ ਨੇ ਬਣਾਈ ਹੈ, ਇਸ ਕਰਕੇ ਇਹ ਵੀ ਮੈਂ ਨਹੀਂ ਬਣਾਈ, ਸੰਧਿਆ ਨੇ ਬਣਾਈ ਹੈ, ਇਸ ਕਰਕੇ ਇਹ ਬਣ ਗਈ ਹੈ। ਇਸ ਤੋਂ ਬਾਅਦ ਉਹਨੂੰ ਮੈਂ ਕਹਿ ਵੀ ਦਿੱਤਾ ਸੀ ਵੀ ਚਟਨੀ ਮੈਂ ਬਣਾਵਾਂਗੀ, ਚਟਨੀ ਮੇਰੀ ਵਧੀਆ ਬਣਾਉਣ ਮੈਂ ਦਿਆਂਗਾ। ਹਾਂ ਤੇ ਚਾਵਲਾਂ ਦੀ ਕੈਸੀ ਲੱਗੀ? ਬਹੁਤ ਇਹ ਮੈਨੂੰ ਪਤਾ ਕਿੰਨੇ ਸਟਾਈ ਸੀਗੀ, ਖੁਰਦੀ ਜਾ ਰਹੀ ਹੈ ਤਾਂ ਇਹ ਮੈਨੂੰ ਪਤਾ ਕਿੰਨੇ ਰੋਟੀ ਸਟਾਈ ਸੀਗੀ, ਜਿਹੜੇ ਆਪਣੇ ਕੋਲ ਕੁੜੀ ਕਵਿਤਾ ਨੀ ਆ ਜਿਹੜੇ ਅਨਿਲ ਹੋਰੀ ਆਉਂਦੇ ਨੇ ਆਪਣੇ ਮੁੰਡੇ, ਇਹਦੀ ਮਾਂ ਜਿਹੜੀ ਕਵਿਤਾ ਜਦੋਂ ਕਰਦੀ ਸੀ ਨਾ ਮੇਰੇ ਕੋਲ, ਉਹ ਕਹਿੰਦੀ ਅੱਜ ਤੋਂ ਮੇਰੇ ਤਾਂ ਹੋ ਗਿਆ 15 ਸਾਲ, ਕਹਿੰਦੀ ਆਹ ਚਾਵਲ ਵਾਲੀ ਰੋਟੀ ਨਹੀਂ ਖਾਤੇ, ਮੈਂ ਕਿਹਾ ਨਾ ਅਸੀਂ ਸੁਣਿਆ ਵੀ ਨਹੀਂ ਸੀ ਚਾਵਲ ਵਾਲੀ ਰੋਟੀ, ਮੈਂ ਕਿਹਾ ਨਹੀਂ ਖਾਂਦੇ, ਫਿਰ ਮੈਂ ਆਟਾ ਲੈ ਕੇ ਆਈ, ਫਿਰ ਮੈਂ ਗੋਭੀ ਵਾਲੀਆਂ ਬਣਾਈਆਂ, ਅੱਜ ਮੂਲੀ ਵਾਲੀ ਚਾਵਲ ਵੱਖਰਾ ਮਿਲਦਾ ਨਹੀਂ, ਆਟੇ ਦੇ ਕਣਕ ਦੇ ਆਟੇ ਦੇ ਵਿੱਚ ਹੀ ਪਾਇਆ ਹੁੰਦਾ, ਉਹਦੇ 'ਚੋਂ ਫਿਰ ਛਾਣ ਛਾਣ ਕੇ ਕੱਢਦੀ ਹਾਂ ਵੀ ਵਿੱਚ ਕਣਕ ਦੇ ਵਿੱਚ ਚਾਵਲਾਂ ਦਾ ਭਾਤ ਤਾਂ ਕੱਢ ਲਵਾਂ, ਇਹ ਕੀ ਕੁਐਸਚਨ ਹੈ ਵੀ ਵੱਖਰਾ ਮਿਲਦਾ, ਮੈਨੂੰ ਕੁਐਸਚਨ ਪਹਿਲਾਂ ਦੱਸੋ ਕੀ ਹੈ। ਨਹੀਂ ਉਹਦੇ ਚਾਵਲਾਂ ਦੇ ਵਿੱਚ ਨਾ ਕਣਕ ਦੇ ਵਿੱਚ ਪੀਸਿਆ ਹੁੰਦਾ, ਫਿਰ ਉਹਨੂੰ ਛਾਣਦੀਆਂ, ਕਣਕ ਦਾ ਵੱਖਰਾ ਕਰਦੀਆਂ, ਚਾਵਲਾਂ ਦਾ ਵੱਖਰਾ ਕਰਦੀਆਂ, ਜੌਆਂ ਦਾ ਵੱਖਰਾ। ਇੰਨੇ ਵੱਡੇ ਪੱਤਰਕਾਰ, ਇਨਸਾਈਕਲੋਪੀਡੀਆ, ਗੱਲ ਕੀ ਕੀਤੀ ਜੇ ਗੱਲ ਪੇ ਕਰ ਦੇਖੋ ਬੇਟਾ, ਉਹ ਲਿਆਈ ਥੋੜ੍ਹੀ ਗੱਲ ਇਹ ਹੈ, ਬੰਦਾ ਜਿਹੜਾ ਨਾ ਉਹ ਸਾਰਾ ਕੁਛ ਉਹਨੂੰ ਗਿਆਨ ਨਹੀਂ ਹੋ ਸਕਦਾ ਕਿਸੇ ਚੀਜ਼ ਦਾ ਨਹੀਂ, ਬਟ ਮਤਲਬ ਇਹ ਗੱਲ ਮੈਂ ਸਮਝ ਨਹੀਂ ਸਕੀ, ਚਾਵਲਾਂ ਦਾ ਆਟਾ ਅੱਡ ਮਿਲਦਾ, ਅੱਡ ਤਾਂ ਮੈਨੂੰ ਵੀ ਉਹਦੇ ਘਰੇ ਰਗੜ ਕੇ ਬਣਾਉਣੇ, ਚੱਕੀ ਲਿਆਉਂਦੀ ਹੈ ਧੋਣ, ਓ ਮਾਈ ਗੋਡ, ਉਹ ਬੇਟਾ ਇੰਨੀ ਕੁ ਚੱਕੀ ਦੇ ਵਿੱਚ ਮੈਂ ਸਾਰਾ ਟੱਬਰ ਵਾਸਤੇ ਆਟਾ ਵੀ ਪੀਸਤਾ ਤੇ ਸਭ ਕੁਝ ਕਰਤਾ ਵਾ, ਇੰਨੀ ਪਰਫੈਕਟ ਮੈਂ ਵੀ ਨਹੀਂ ਹੈਗੀ, ਕੀ ਪਤਾ ਲੱਗਦਾ, ਕੀ ਪਤਾ ਲੱਗਦਾ ਗੱਲ ਤੇ ਕਰ ਲੈਣਾ। ਚਲੋ ਜੀ, ਐਨੀਵੇ ਇਹ ਨਿਊ ਰੈਸਪੀ ਹੈ, ਬਹੁਤ ਅੱਛੀ ਹੈ, ਬਹੁਤ ਡਿਫਰੈਂਟ ਹੈ, ਇਹ ਠੰਡੀ ਵੀ ਹੁੰਦੀ ਹੈ, ਗਰਮੀਆਂ ਦੇ ਵਿੱਚ ਇਹਨੂੰ ਆਰਾਮ ਨਾਲ ਖਾ ਸਕਦੇ ਹੋ, ਵਿੱਚ ਗੋਭੀ ਪਾਓ, ਆਲੂ ਪਾਓ, ਕੁਛ ਵੀ ਪਾਓ, ਈਵਨ ਇਹਦੇ ਨਾ ਮੈਂ ਦੱਸਾਂਗੀ ਪਕੌੜੇ ਵੀ ਬਣਦੇ, ਫਿਰ ਵੀ ਦਿਖਾਵਾਂਗੀ। ਸ਼ੁਕਰੀਆ, ਸ਼ੁਕਰੀਆ ਬਲੀ ਸਾਹਿਬ ਤੁਹਾਡਾ।
ਮਿਲਦਾ ਕਿ ਤੁਹਾਡਾ? ਹਾਂ, ਇਹ ਦੱਸਣ ਲਈ ਵੀ ਆਟਾ ਅੱਡ ਹੁੰਦਾ। ਬਹੁਤ ਬਹੁਤ ਸ਼ੁਕਰੀਆ ਜੀ।